रहमान रहीम अस्सलाम वालेकुम अल्लाह ताला दी रहमत नाल लाजदा करने जी ब्लॉग शुरू दोस्त ਸਤਿ ਗੁਰੂ ਨੂੰ ਪਤਾ ਕਿ ਮੁੰਜੀ ਜਿਹੜੀ ਹੈ ਨਾ ਅਸੀਂ ਆਪਣੇ ਘਰਾਂ 'ਚ ਲੈਣ ਦੀ ਅਤੇ ਛੱਤ 'ਤੇ ਪਾਈ ਦੀ ਅਤੇ ਮੌਸਮ ਬੜਾ ਖਰਾਬ ਹੋ ਗਿਆ ਅਤੇ ਇਸ ਵਾਸਤੇ ਹੁਣ ਮੁੰਜੀ ਨੂੰ ਨਾ ਬੋਰੀਆਂ 'ਚ ਅਤੇ ਕਿਉਂਕਿ ਮੁੰਜੀ ਛੁਡਾਉਣੀ ਆ ਅੱਜ ਕਿਉਂਕਿ ਮੌਸਮ ਜਿਹੜਾ ਨਾ ਹਫ਼ਤਾ ਪੂਰਾ ਖਰਾਬ ਦੱਸਿਆ ਤਾਂ ਇਸ ਕਰਕੇ ਅੱਜ ਮੁੰਜੀ ਅਸੀਂ ਛੱਤ ਤੋਂ ਲਾ ਕੇ ਬੋਰੀਆਂ 'ਚ ਪਾ ਕੇ ਅਤੇ ਛੁਡਾਉਣ ਲੱਗੇ ਹਾਂ ਚਲੋ ਤੁਹਾਨੂੰ ਦੱਸ ਦਿਉਂ ਮੁੰਜੀ ਅਸੀਂ ਲਾਈ ਦੀ ਛੱਤ 'ਤੇ ਢੇਰੀਆਂ ਦੀ ਸ਼ਕਲ ਦੇ ਉੱਤੇ ਚਾਦਰਾਂ ਦਿੱਤੀ ਦੀਆਂ ਦੇਖੋ ਮੌਸਮ ਜਿਹੜਾ ਨਾ ਬੜਾ ਖਰਾਬ ਹੋ ਗਿਆ ਦੇਖੋ ਬੱਦਲ ਅਤੇ ਬਾਰਿਸ਼ ਕਿਸੇ ਵੀ ਟਾਈਮ ਹੋ ਸਕਦੀ ਹੈ ਇਸ ਤੋਂ ਬਿਹਤਰ ਕਿ ਬਾਰਿਸ਼ ਹੋਵੇ ਬੰਦਾ ਅਤੇ ਡਿਸਾਈਡ ਕੀਤਾ ਕਿ ਮੂੰਜੀ ਜਿਹੜੀ ਨਾ ਛੁਡਾ ਲਈਏ ਟਾਈਮ ਸਿਰ ਹੀ ਦੇਖੋ ਨਾ ਬੱਦਲ ਕਿੰਨਾ ਜ਼ਿਆਦਾ ਮੌਸਮ ਵਾਲਾ ਦੱਸਿਆ ਕਿ ਬਾਰਿਸ਼ ਹੋ ਸਕਦੀ ਹੈ ਅਤੇ ਇਸ ਤੋਂ ਬਿਹਤਰ ਆ ਬਈ ਆਪਣੀ ਟਾਈਮ ਸਿਰ ਮੂੰਜੀ ਜਿਹੜੀ ਇਕੱਠੀ ਕਰਕੇ ਅਤੇ ਬੋਰੀਆਂ 'ਚ ਪਾ ਕੇ ਛੁਡਾ ਲਈਏ ਅਤੇ ਚਲੋ ਪਾਉਂਦੇ ਹਾਂ ਬੋਰੀਆਂ 'ਚ ਤੋੜਾ ਜਨਾਬ ਮੁੰਡੀ ਆਪਾਂ ਕਰਨੇ ਦੇਖੋ ਮੁੰਜੀ ਸਾਰੀ ਹਾਂ ਇਕੱਠਾ ਕਰ ਲਈ ਹੈ ਇਕੱਠੀ ਕਰਕੇ ਢੇਰ ਲਾ ਤਾ ਮੁੰਜੀ ਸਾਰੀ ਪਾ ਲਈ ਹੈ ਮਸਲਾ ਇੱਕ ਬਣ ਗਿਆ ਮਸਲਾ ਇਹ ਬਣਿਆ ਕਿ ਘਰ ਵਾਲੇ ਕਹਿੰਦੇ ਪਏ ਨੇ ਕਿ ਮੁੰਜੀ ਜਿਹੜੀਆਂ ਨਾ ਪਤਾ ਨਹੀਂ ਹੈ ਸਹੀ ਤਰ੍ਹਾਂ ਸੁੱਕੀ ਹੈ ਕਿ ਨਹੀਂ ਅਤੇ ਪਹਿਲੇ ਇਸ ਤਰ੍ਹਾਂ ਕਰੋ ਇੱਕ ਬੋਰੀ ਛੁਡਾ ਲਓ ਡੈਮੋ ਲੈ ਲਓ ਇੱਕ ਮਤਲਬ ਅਗਰ ਤਾਂ ਸਹੀ ਛੱਡਦੀ ਹੈ ਤਾਂ ਫਿਰ ਸਾਰੀ ਚੜਾ ਲਓ ਨਹੀਂ ਤਾਂ ਫਿਰ ਢੱਕੀ ਰਹਿੰਦੇ ਅਗਰ ਇੱਕ ਤੋੜਾ ਸਹੀ ਪੈਂਦਾ ਚੌਲਾਂ ਦਾ ਤਾਂ ਫਿਰ ਚੜਾ ਲਓ ਅਤੇ ਜੇ ਨਹੀਂ ਸਹੀ ਪੈਂਦਾ ਤਾਂ ਫਿਰ ਛੱਤ 'ਤੇ ਲਾਹੜੀ ਆ ਜਦੋਂ ਫਿਰ ਧੁੱਪ ਲੱਗੇਗੀ ਫਿਰ ਕੋਈ ਦੋ ਤਿੰਨ ਹੋਰ ਧੁੱਪਾਂ ਲਵਾ ਕੇ ਅਤੇ ਫਿਰ ਛੁਡਾ ਲਾਂਗੇ ਅਤੇ ਹੁਣ ਅਸੀਂ ਚੱਲੇ ਹਾਂ ਇੱਕ ਤੋੜਾ ਲੈ ਕੇ ਮਸ਼ੀਨ 'ਤੇ ਅਤੇ ਉੱਥੇ ਜਾ ਕੇ ਛੁਡਾਉਂਦੇ ਹਾਂ ਅਤੇ ਫਿਰ ਦੱਸਦੇ ਹਾਂ ਤੁਹਾਨੂੰ ਚੌਲ ਕਿਸ ਤਰ੍ਹਾਂ ਪੈਂਦੇ ਨੇ ਅਗਰ ਤਾਂ ਸਹੀ ਚੌਲ ਪਏ ਤਾਂ ਅੱਜ ਫਿਰ ਸਾਰੀ ਛੁਡਾ ਦਿਆਂਗੇ ਨਾ ਫਿਰ ਪਈ ਤਾਂ ਫਿਰ ਜਨਾਬ ਦੋ ਤਿੰਨ ਮਤਲਬ ਜਿੱਦਣ ਵੀ ਧੁੱਪ ਲੱਗੀ ਫਿਰ ਦੋ ਤਿੰਨ ਧੁੱਪਾਂ ਲਵਾ ਕੇ ਤਾਂ ਫਿਰ ਆਪਣਾ ਛੁਡਾ ਲਾਂਗੇ ਅਤੇ ਚੱਲੀਏ ਹੁਣ ਇੱਕ ਮਸ਼ੀਨ 'ਤੇ ਅਤੇ ਜਾ ਕੇ ਤੱਕ ਬੋਰੀ ਦਾ ਟੈਸਟ ਲੈਂਦੇ ਅਗਰ ਸਹੀ ਚੌਲ ਨਿਕਲੇ ਤਾਂ ਫਿਰ ਸਾਰੇ ਨਹੀਂ ਦੇ ਫਿਰ ਰੇਟ ਚਾਚੇ ਦੇ ਘਰ ਕੱਲ੍ਹ ਹਮਸਾਇਆਂ ਦੇ ਘਰ ਸ਼ਾਦੀ 'ਤੇ ਸਾਡੇ ਚਾਚੇ ਦੇ ਘਰ ਉਹਨਾਂ ਤੰਬੂ ਲਾਇਆ ਦਾ ਜੀ ਤੰਬੂ ਹਜੇ ਵੀ ਲੱਗਾ ਵਾ ਮੂੰਜੀ ਇਕੱਠੀ ਕਰ ਲਈਏ ਚਾਚੇ ਸਾਡੇ ਨੇ ਵੀ ਅਤੇ ਤੰਬੂ ਦੇਖੋ ਕੱਲ੍ਹ ਦੀ ਸ਼ਾਦੀ ਹੋਈ ਦੇ ਉੱਥੇ ਇਹ ਵੇਖੋ ਨਾਨ ਭੇਜਦੇ ਨੇ ਇਹ ਨਾਨ ਕੱਲ੍ਹ ਦੇ ਵਿਆਹ ਤੋਂ ਬਚੇ ਦੇ ਇੱਥੇ ਭੇਜਦੇ ਨੇ ਕੋਈ ਕਾਵਾਂ ਛਾਵਾਂ ਨੇ ਰੱਖੇ ਮਸ਼ੀਨ 'ਤੇ ਆ ਗਿਆ ਜੀ ਪਰ ਸਾਡਾ ਨੰਬਰ ਹਜੇ ਲੇਟ ਆ ਸਾਡਾ ਤਜਰਬਾ ਜਿਹੜਾ ਨਾ ਕਾਮਯਾਬ ਹੋ ਗਿਆ ਚੌਲ ਜਿਹੜੇ ਨਾ ਉਹ ਸਹੀ ਨਿਕਲ ਆਏ ਨੇ ਅਤੇ ਹੁਣ ਅਸੀਂ ਬਾਕੀ ਜਿਹੜੀ ਮੂੰਜੀ ਉਹ ਵੀ ਛੁਡਾਉਣ ਚੱਲਿਆ ਮੈਂ ਅਤੇ ਰੀਲਾ ਰੀਲੇ ਨੂੰ ਵੀ ਅਸੀਂ ਬੁਲਾ ਲਿਆ ਅਤੇ ਮੂੰਜੀ ਅਸੀਂ ਬਾਹਰ ਗੇਟ 'ਤੇ ਕੱਢ ਕੇ ਰੱਖ ਲਈ ਹੈ ਅਤੇ ਹੁਣ ਅਸੀਂ ਰਕਸ਼ੇ ਦਾ ਵੇਟ ਕਰਨੇ ਪਿਆ ਰਕਸ਼ਾ ਭੇਜਣਗੇ ਮਸ਼ੀਨ ਵਾਲਿਆਂ ਅਤੇ ਉਹਦੇ 'ਤੇ ਰਕਸ਼ੇ 'ਤੇ ਰੱਖ ਕੇ ਅਤੇ ਫਿਰ ਅਸੀਂ ਮੂੰਜੀ ਖੜਨੀ ਆ ਅਤੇ ਹੁਣ ਅੱਜ ਛੁਡਾ ਕੇ ਅਤੇ ਵਿਹਲੇ ਹੋਏ ਨਾ ਅਤੇ ਰਕਸ਼ੇ ਦਾ ਬਸ ਵੇਟ ਆ ਰਕਸ਼ਾ ਆਉਂਦਾ ਅਤੇ ਫਿਰ ਤੁਹਾਨੂੰ ਦੱਸਦੇ ਲਓ ਜੀ ਰਕਸ਼ਾ ਆ ਗਿਆ ਸਾਡਾ ਮੁੰਜੀ ਵਾਲਾ ਹੁਣ ਅਸੀਂ ਇੱਥੇ ਮੁੰਜੀ ਲੈ ਤੇ ਲੱਗੇ ਚੱਲ ਫਿਰ ਲਿਆ ਇਹ ਚੰਗੀ ਬੋਲ ਹਾਂ ਮੁੰਜੀ ਸਾਰੀ ਰੱਖ ਲਈ ਹੈ ਅਤੇ ਹੁਣ ਅਸੀਂ ਲੈ ਬਹਿ ਉੱਤੇ ਅਤੇ ਅਸੀਂ ਹੁਣ ਚੱਲੇ ਹਾਂ ਮਸ਼ੀਨ 'ਤੇ ਦੋਸਤੋ ਮੁੰਜੀ ਨੱਦਣੀ ਹੈ ਉੱਤੇ ਰਕਸ਼ੇ 'ਤੇ ਹੁਣ ਲੈ ਕੇ ਜਾਂਦੇ ਬਾਈ ਹੁਣ ਫ੍ਰੀ ਸਰਵਿਸ ਦੇ ਦਿੱਤੀ ਆ ਹੁਣ ਜਨਾਬ ਰਕਸ਼ੇ ਘਰਾਂ 'ਚ ਮੁੰਜੀ ਚੁੱਕੇ ਨੇ ਤਾਂ ਪਹਿਲੇ ਖੋਤੀਆਂ ਰੇਹੜੀਆਂ 'ਤੇ ਚੁੱਕੇ ਖੜ ਦੇ ਰਹੇ ਹਾਂ ਅਤੇ ਹੁਣ ਜਨਾਬ ਸਪੈਸ਼ਲ ਸਰਵਿਸ ਹੈ ਰਕਸ਼ੇ 'ਤੇ ਮੁੰਜੀ ਰਖਾਓ ਅਤੇ ਘਰ ਹੀ ਛੱਡ ਜਾਂਦੇ ਨੇ ਚੌਲ ਕੱਢ ਕੇ ਅਤੇ ਮੈਂ ਚਲੋ ਇਸ ਸਰਵਿਸ ਦਾ ਅਸੀਂ ਫਾਇਦਾ ਚੁੱਕਣਾ ਅਤੇ ਮੁੰਜੀ ਲਾ ਦਿੱਲੀ ਤਾਂ ਹੁਣ ਅਸੀਂ ਮਸ਼ੀਨ ਨਾਲ ਜਾਂਦੇ ਪਏ
ਰਸਤਾ ਕੱਚਾ ਹੈਗਾ ਤੁਹਾਨੂੰ ਗੱਡੀ ਲੰਘਦੀ ਪਈ ਆ ਅਤੇ ਅਸੀਂ ਵੀ ਹੁਣ ਵੇਟ ਕਰਨਾ ਪਿਆ ਕੱਚਾ ਰਸਤਾ ਬਣਾਇਆ ਤਾ ਪਿੰਡ ਵਾਲਿਆਂ ਤੋਂ ਪੁੱਲ ਤੋਂ ਟੋੜਾ ਲੱਕੜੀਆਂ ਨਾਲ ਟੁੱਟ ਗਿਆ ਤੂੰ ਯਾਰ ਬਾਦਲ ਰਸਤਾ ਇਸਤੇਮਾਲ ਕਰੀ ਦਾ ਬੜਾ ਜ਼ੋਰ ਲੱਗਦਾ ਪਿਆ ਚੜ੍ਹਾਈ ਵੀ ਵੱਡੀ ਆ ਲਾ ਲਈ ਹੈ ਜੀ ਇੱਥੇ ਅਤੇ ਹੁਣ ਸਾਡਾ ਦੂਸਰਾ ਨੰਬਰ ਹੈ ਦੂਸਰੇ ਵਾਰੀ ਸਾਡੀ ਆਏਗੀ ਟਰੈਕਟਰ 'ਤੇ ਲਾਈ ਗਏ ਹਵਾ ਚੱਲ ਰਿਹਾ ਸਾਡੇ ਚੌਲ ਨਿਕਲ ਗਏ ਨੇ ਤੋੜਿਆਂ 'ਚ ਅਤੇ ਹੁਣ ਅਸੀਂ ਰੱਖੇ 'ਤੇ ਬਹਿ ਕੇ ਘਰ ਚੱਲੇ ਹਾਂ ਫਾਈਨਲੀ ਜੀ ਮੂੰਜੀ ਸਾਡੀ ਤਿਆਰ ਹੋ ਗਈ ਆ ਚੌਲ ਬਿਲਕੁਲ ਤਿਆਰ ਹੋ ਗਏ ਨੇ ਅਤੇ ਅਸੀਂ ਹੁਣ ਲੱਦਦੇ ਨੇ ਰਕਸ਼ੇ 'ਤੇ ਅਤੇ ਹੁਣ ਅਸੀਂ ਆਪਣੇ ਚੱਲੇ ਹਾਂ ਘਰ ਬਿਲਕੁਲ ਸਹੀ ਚੌਲ ਪਾ ਗਏ ਫਾਈਨਲੀ ਜੀ ਅੱਲਾਹ ਦਾ ਸ਼ੁਕਰ ਆ ਚੌਲ ਸਾਡੇ ਘਰ ਆ ਗਏ ਨੇ ਅਲਹਮਦੁਲਿਲਾ ਜੀ ਅੱਲਾਹ ਦੇ ਹੁਕਮ ਨਾਲ ਕਿਉਂਕਿ ਐਤਕਾ ਸਾਡੇ ਪਿੰਡ 'ਚ ਪਹਿਲੀ ਦਫ਼ਾ ਨਵੀਂ ਮਸ਼ੀਨ ਸੈਲਰ ਮਸ਼ੀਨ ਆਈ ਜਿਹੜੀ ਕਿ ਬਹੁਤ ਅੱਛਾ ਕੰਮ ਕਰਦੀ ਪਈ ਜੀ ਪਹਿਲੀ ਦਫ਼ਾ ਮਜ਼ਾ ਆਇਆ ਚੌਲ ਚੜਾਉਂਦਾ ਪਹਿਲੇ ਇਸ ਤੋਂ ਜਿਹੜੀਆਂ ਮਸ਼ੀਨਾਂ ਹੁੰਦੀਆਂ ਉਹ ਬੜੀਆਂ ਸਲੋਅ ਕੰਮ ਕਰਦੀਆਂ ਸਾਰਾ ਦਿਨ ਲੱਗ ਜਾਂਦਾ ਰਿਹਾ ਕੋਈ 4-5 ਘੰਟੇ ਇੰਨੀ ਸਾਡੀ ਜਿਹੜੀ ਮੂੰਜੀ ਸ਼ਾਂਤ ਲੇਕਿਨ ਐਤਕਾਂ 'ਤੇ ਸਿਰਫ ਘੰਟੇ 'ਚ ਸਾਡੀ ਜਿਹੜੀ ਹੈ ਨਾ ਮੂੰਜੀ ਛੱਡੀ ਗਈ ਚਾਵਲ ਹੋ ਗਏ ਨੇ ਅਤੇ ਬਹੁਤ ਮਜ਼ਾ ਆਇਆ ਮਸ਼ੀਨ ਵੀ ਬਹੁਤ ਅੱਛੀ ਆ ਅਤੇ ਉਮੀਦ ਕਰਨਾ ਚਾਹੀਦਾ ਵਾ ਲੋਕ ਤੁਹਾਨੂੰ ਸਹੀ ਲੱਗੇ ਅਗਰ ਸਹੀ ਲੱਗੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੇ ਅਤੇ ਬੈਲ ਆਈਕਨ ਜ਼ਰੂਰ ਦਬਾਏ ਓਕੇ ਜੀ ਅੱਲਾ ਹਾਫਿਜ਼।